ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਸਟੱਡੀ ਇਨਸਾਈਡਰ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ PSTET ਪੇਪਰ 2 ਜੋ ਕਿ 2 ਦਸੰਬਰ 2024 ਨੂੰ ਹੋਣਾ ਹੈ, ਤਾਂ ਉਹਦੇ ਰਿਗਾਰਡਿੰਗ ਆਪਾਂ ਕੁਛ ਥੋੜ੍ਹੀ ਜਿਹੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ। ਦੇਖੋ, ਮੈਨੂੰ ਕਾਫੀ ਸਟੂਡੈਂਟਸ ਦੇ ਫੋਨ ਆਏ ਜਿਨ੍ਹਾਂ ਨੇ ਕਿਹਾ ਕਿ ਮੈਮ ਸਾਡੀ ਜਿਸ ਤਰ੍ਹਾਂ ਕਿ PSTET 2 ਦੀ ਤਿਆਰੀ ਹੋ ਚੁੱਕੀ ਆ, ਉਹ ਕਰ ਰਹੇ ਨੇ, ਮੇਰੇ ਅਕੋਰਡਿੰਗ ਸਾਰੇ ਬੱਚਿਆਂ ਨੇ ਕਰ ਲਈ ਹੋਵੇਗੀ, ਤਾਂ ਉਹਦੇ ਲਈ ਅਸੀਂ ਤਿਆਰੀ ਨੂੰ ਅੱਗੇ ਆਪਦੀ ਤਿਆਰੀ ਨੂੰ ਹੋਰ ਨਿਖਾਰਨ ਦੇ ਲਈ ਕਿ ਅਸੀਂ ਕਿਸ ਤਰ੍ਹਾਂ ਦੇਖੀਏ ਕਿ ਸਾਡੀ ਤਿਆਰੀ ਕਿੰਨੀ ਕੁ ਹੋ ਚੁੱਕੀ ਹੈ, ਜਾਂ ਅਸੀਂ ਆਪਣੇ ਕੁਐਸਚਨਸ ਨੂੰ ਕਿੰਨੀ ਅੱਛੀ ਤਰ੍ਹਾਂ ਕਰ ਪਾ ਰਹੇ ਹਾਂ, ਕਿੰਨੇ ਸ਼ੋਰਟ ਟ੍ਰਿਕਸ ਨਾਲ ਕਰ ਪਾ ਰਹੇ ਹਾਂ, ਜਾਂ ਕਿੰਨੇ ਘੱਟ ਟਾਈਮ ਦੇ ਵਿੱਚ ਕਰ ਪਾ ਰਹੇ ਹਾਂ, ਉਸ ਨੂੰ ਚੈੱਕ ਕਰਨ ਦੇ ਲਈ ਤੁਸੀਂ ਕੁਛ ਟੈਸਟ ਸੀਰੀਜ਼ ਬਣਾਓ। ਤਾਂ ਉਹਨਾਂ ਦੇ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੀ ਮੈਂ ਤੁਹਾਡੇ ਵਾਸਤੇ ਇੱਕ ਟੈਸਟ ਸੀਰੀਜ਼ ਲੈ ਕੇ ਆਈ ਹਾਂ, ਜਿਸ ਵਿੱਚ ਤੁਹਾਨੂੰ ਪੈਡਾਗੋਗੀ ਦੇ ਕੁਐਸਚਨ ਵੀ ਇਨਕਲੂਡ ਹੋਣਗੇ। ਤਾਂ ਮੇਰਾ ਤਾਂ ਮੇਨ ਮਕਸਦ ਇਹੀ ਹੈ ਕਿ ਤੁਹਾਡੇ ਸਾਰਿਆਂ ਦਾ ਪੇਪਰ ਕਲੀਅਰ ਹੋਵੇ। ਤਾਂ ਕੁਛ ਐਵੇਂ ਦੇ ਕੁਐਸਚਨ ਮੈਂ ਚੁਣ ਚੁਣ ਕੇ ਲੈ ਕੇ ਆਈ ਹਾਂ ਜਿਹਦੇ ਵਿੱਚ ਤੁਹਾਡੇ ਮੋਸਟ ਐਕਸਪੈਕਟਡ MCQs ਹੋਣਗੇ, ਅਤੇ ਮੈਂ ਹਰੇਕ ਕੰਸੈਪਟ ਨੂੰ ਧਿਆਨ ਵਿੱਚ ਰੱਖਦੇ ਹੋਏ, ਹਰੇਕ ਟੋਪਿਕ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੀਵੀਅਸ ਈਅਰ ਪੇਪਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਕੁਐਸਚਨਸ ਨੂੰ ਤਿਆਰ ਕੀਤਾ, ਜਿਸ ਵਿੱਚ ਹਰੇਕ ਚੈਪਟਰ ਵਾਈਜ਼ ਹਰੇਕ ਚੈਪਟਰ ਦੇ ਕੁਐਸਚਨ ਤੁਹਾਨੂੰ ਮਿਲਣਗੇ, ਅਤੇ ਹਰੇਕ ਕੁਐਸਚਨ ਕਿਸੇ ਨਾ ਕਿਸੇ ਟ੍ਰਿਕ ਨਾਲ ਸੋਲਵ ਹੋ ਰਿਹਾ ਹੋਊਗਾ। ਉਹ ਟ੍ਰਿਕਸ ਤੁਸੀਂ ਖੁਦ ਲੱਭਣੀਆਂ ਕਿ ਕਿਹੜੀਆਂ ਹੋਣਗੀਆਂ, ਠੀਕ ਹੈ। ਤਾਂ ਇਸ ਦੇ ਲਈ ਤੁਸੀਂ ਮੈਨੂੰ ਮੇਰੇ ਇਸ ਕੰਟੈਕਟ ਨੰਬਰ 'ਤੇ 9877032608 'ਤੇ ਕੰਟੈਕਟ ਕਰ ਸਕਦੇ ਹੋ, ਇਸ ਚੀਜ਼ ਬਾਰੇ ਜਾਣਨ ਦੇ ਲਈ ਕਿ ਟੈਸਟ ਸੀਰੀਜ਼ ਕਦੋਂ ਕਿਵੇਂ ਸ਼ੁਰੂ ਹੋ ਰਹੀਆਂ ਨੇ, ਕੀ ਉਹਨਾਂ ਦਾ ਸ਼ਡਿਊਲ ਹੈ, ਤਾਂ ਤੁਸੀਂ ਮੈਨੂੰ ਇਸ 'ਤੇ ਕੰਟੈਕਟ ਕਰ ਸਕਦੇ ਹੋ, ਠੀਕ ਹੈ। ਇਸ ਤੋਂ ਬਾਅਦ ਦੇਖੋ, ਮੇਰਾ ਤਾਂ ਟਾਰਗੇਟ ਇਹੀ ਹੈ ਕਿ ਸਾਰਿਆਂ ਦਾ PSTET 2 ਕਲੀਅਰ ਹੋਵੇ, ਠੀਕ ਹੈ। ਤਾਂ ਹੁਣ ਸਾਰਿਆਂ ਨੇ ਤਿਆਰੀ ਤਾਂ ਕਰ ਹੀ ਲਈ ਹੋਵੇਗੀ ਮੈਥ ਅਤੇ ਸਾਇੰਸ ਦੀ, ਠੀਕ ਹੈ। ਤਾਂ ਉਹ ਮੈਥ ਦੀ ਤਿਆਰੀ ਨੂੰ ਤੁਸੀਂ ਕਿਸ ਤਰੀਕੇ ਨਾਲ ਕਿੰਨੀ ਕੁ ਕਰੀਏ, ਤਾਂ ਉਹਨੂੰ ਚੈੱਕ ਕਰਨ ਦੇ ਲਈ ਤੁਹਾਡੇ ਵਾਸਤੇ ਕੁਛ ਟੈਸਟ ਸੀਰੀਜ਼ ਲੈ ਕੇ ਆਏ ਹਾਂ। ਦੇਖੋ, ਆਪਾਂ ਪੇਪਰ ਪੜ੍ਹ ਲੈਂਦੇ ਹਾਂ, ਚੈਪਟਰਸ ਵੀ ਕਰ ਲੈਂਦੇ ਹਾਂ, ਠੀਕ ਹੈ। ਚੈਪਟਰ ਤੋਂ ਬਾਅਦ ਉਹਦੇ ਕੁਐਸਚਨਸ ਵਗੈਰਾ ਜਿੰਨੇ ਕੁ ਆਪਣੇ ਕੋਲ ਮਿਲਦੇ ਆਪਾਂ ਸੋਲਵ ਕਰ ਲੈਂਦੇ ਹਾਂ। ਜਦੋਂ ਆਪਣੀ ਤਿਆਰੀ ਪੂਰੀ ਕੰਪਲੀਟ ਹੋ ਚੁੱਕੀ ਹੁੰਦੀ ਹੈ, ਇਸ ਤੋਂ ਬਾਅਦ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਚੈੱਕ ਕਰੀਏ ਕਿ ਆਪਾਂ ਕਿਵੇਂ ਜੇ ਤਿਆਰੀ ਕਰ ਚੁੱਕੇ ਹਾਂ, ਕਿ ਆਪਾਂ ਜੇ ਕੋਈ ਰੈਂਡਮ ਕੁਐਸਚਨਸ ਆਪਾਂ ਨੂੰ ਮਿਲ ਜਾਏ ਕਿ ਉਹਨੂੰ ਸੋਲਵ ਕਰ ਪਾਉਂਦੇ ਹਾਂ। ਅੱਛਾ, ਜੇ ਕੁਐਸਚਨ ਮਿਲ ਗਿਆ ਤਾਂ ਉਹਨੂੰ ਕਿੰਨੇ ਕੁ ਟਾਈਮ 'ਚ ਸੋਲਵ ਕਰ ਪਾਉਂਦੇ ਹਾਂ, ਠੀਕ ਹੈ। ਅਤੇ ਕੀ ਉਹਨੂੰ ਆਪਾਂ ਜ਼ਿਆਦਾ ਟਾਈਮ ਤਾਂ ਨਹੀਂ ਵੇਸਟ ਕਰ ਰਹੇ, ਕੋਈ ਉਸ 'ਤੇ ਸ਼ਾਰਟ ਟ੍ਰਿਕ ਕਿਹੜੀ ਲਗਾ ਰਹੇ ਹਾਂ, ਠੀਕ ਹੈ। ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡੇ ਵਾਸਤੇ ਟੈਸਟ ਸੀਰੀਜ਼ ਮੈਂ ਬਣਾਈ ਹੈ। ਤਾਂ ਉਹਦੇ ਵਿੱਚ ਸਾਰੇ ਹੀ ਕੁਐਸਚਨ ਇੰਨੇ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਹਾਨੂੰ ਉਹ ਟੈਸਟ ਸੀਰੀਜ਼ ਪੇਪਰ ਤੋਂ ਪਹਿਲਾਂ ਕਰਨੀ ਬਹੁਤ ਜ਼ਰੂਰੀ ਆ। ਜੇਕਰ ਤੁਸੀਂ ਉਸ ਟੈਸਟ ਸੀਰੀਜ਼ ਨੂੰ ਪੇਪਰ ਤੋਂ ਪਹਿਲਾਂ ਸੋਲਵ ਕਰ ਲਉਂਗੇ, ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਪ੍ਰੋਫਿਟ ਜਾਂ ਲਾਭ ਮਿਲੇਗਾ। ਕਿਉਂ? ਕਿਉਂਕਿ ਉਸ ਟੈਸਟ ਸੀਰੀਜ਼ ਦੇ ਵਿੱਚ ਹਰੇਕ ਕੰਸੈਪਟ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਐਸਚਨ ਬਣਾਏ ਗਏ ਨੇ, ਹਰੇਕ ਟ੍ਰਿਕ ਨੂੰ ਧਿਆਨ ਵਿੱਚ ਰੱਖਦੇ ਕੁਐਸਚਨ ਬਣਾਏ ਗਏ ਨੇ, ਜਿਸ ਨਾਲ ਤੁਹਾਡੇ ਸਾਰੇ ਟੋਪਿਕ ਤਾਂ ਕੰਪਲੀਟ ਹੋਣਗੇ ਹੀ ਹੋਣਗੇ, ਨਾਲ ਦੀ ਨਾਲ ਤੁਹਾਨੂੰ ਟਾਈਮ ਜੋ ਕਿ ਤੁਸੀਂ ਕਿਸੇ ਨਾ ਕਿਸੇ ਕੁਐਸਚਨ 'ਤੇ ਜ਼ਿਆਦਾ ਲਗਾ ਰਹੇ ਹੋ, ਉਹਨੂੰ ਮੈਨੇਜ ਕਰਨ ਦਾ ਤਰੀਕਾ ਵੀ ਆ ਜਾਏਗਾ। ਦੇਖੋ ਕੀ ਹੈ ਆਪਣਾ ਟਾਰਗੇਟ, ਕੀ ਹੁੰਦਾ ਕਿ ਆਪਾਂ ਪੇਪਰ ਨੂੰ ਕੰਪਲੀਟ ਕਰਨਾ, ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਚਾਹੀਦਾ, ਸਿਲੇਬਸ। ਸਭ ਤੋਂ ਜ਼ਰੂਰੀ ਚੀਜ਼ ਸਿਲੇਬਸ ਹੈ ਕਿ ਆਪਣਾ ਸਿਲੇਬਸ ਕੰਪਲੀਟ ਹੋਵੇ। ਜੇ ਤੁਸੀਂ ਸਿਲੇਬਸ ਕੰਪਲੀਟ ਕਰੋਗੇ, ਫਿਰ ਹੀ ਤੁਸੀਂ ਟੈਸਟ ਸੀਰੀਜ਼ ਨੂੰ ਲੈ ਪਾਓਗੇ, ਠੀਕ ਹੈ। ਸਭ ਤੋਂ ਮੇਨ ਐਂਡ ਮੋਸਟ ਇੰਪੋਰਟੈਂਟ ਪੁਆਇੰਟ ਹੈ ਸਿਲੇਬਸ, ਠੀਕ ਹੈ। ਇਸ ਤੋਂ ਬਾਅਦ ਆਉਂਦਾ ਪੈਟਰਨ। ਦੇਖੋ, ਪੈਟਰਨ ਦੇ ਵਿੱਚ ਕੀ ਹੈ ਕਿ ਤੁਹਾਡਾ ਜਿਹੜਾ ਪੇਪਰ ਉਹ ਕਿਸ ਪੈਟਰਨ ਦੇ ਵਿੱਚ ਆ ਰਿਹਾ, ਠੀਕ ਹੈ, ਕਿਸ ਚੈਪਟਰ 'ਚੋਂ ਕਿਵੇਂ ਦੇ ਕੁਐਸਚਨ ਆ ਰਹੇ ਨੇ, ਤਾਂ ਤੁਹਾਨੂੰ ਉਹ ਵੀ ਆਉਣਾ ਬਹੁਤ ਜ਼ਰੂਰੀ ਹੈ। ਥਰਡ ਪੁਆਇੰਟ ਜੋ ਕਿ ਬਹੁਤ ਇੰਪੋਰਟੈਂਟ ਹੈ, ਪ੍ਰੀਵੀਅਸ ਈਅਰ ਪੇਪਰ।
ਦੇਖੋ ਬੱਚੋ, ਪ੍ਰੀਵੀਅਸ ਈਅਰ ਪੇਪਰ ਨੂੰ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਕਿਉਂ? ਕਿਉਂਕਿ ਪ੍ਰੀਵੀਅਸ ਈਅਰ ਪੇਪਰ ਨੂੰ ਕਰਕੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਪੇਪਰ ਦਾ ਲੈਵਲ ਕਿਸ ਤਰ੍ਹਾਂ ਦਾ, ਪੇਪਰ 'ਚ ਕੁਸ਼ਚਨ ਕਿਸ ਤਰ੍ਹਾਂ ਦੇ ਆ ਰਹੇ ਨੇ, ਸ਼ੋਰਟ ਟ੍ਰਿਕ ਨਾਲ ਸੋਲਵ ਹੋਣ ਵਾਲੇ ਆ ਰਹੇ ਨੇ, ਜੇ ਦੂਸਰੇ ਤੁਹਾਡੇ ਲੈਂਥੀ ਜਾ ਰਹੇ ਤਾਂ ਉਹਨੂੰ ਆਪਾਂ ਕਿਵੇਂ ਸੋਲਵ ਕਰੀਏ ਕਿ ਉਹ ਘੱਟ ਤਰੀਕੇ 'ਚ ਸੋਲਵ ਹੋ ਜਾਏ, ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਪ੍ਰੀਵੀਅਸ ਈਅਰ ਪੇਪਰ ਤੋਂ ਜੱਜਮੈਂਟ ਕਰ ਚੁੱਕੇ ਹੋ, ਕਰ ਸਕਦੇ ਹੋ ਕਿ ਕਿਸ ਚੈਪਟਰ 'ਚੋਂ ਜ਼ਿਆਦਾ ਟੋਪਿਕਸ ਆ ਰਹੇ ਨੇ, ਕਿਸ 'ਚੋਂ ਘੱਟ ਆ ਰਹੇ ਨੇ, ਠੀਕ ਹੈ। ਤਾਂ ਪ੍ਰੀਵੀਅਸ ਈਅਰ ਪੇਪਰ ਕਰਨੇ ਬਹੁਤ ਜ਼ਰੂਰੀ ਨੇ, ਅਤੇ ਅੱਜ ਤੋਂ ਹੀ ਤੁਹਾਡਾ ਲਾਈਵ ਸਟਾਰਟ ਹੋਣ ਚੱਲਿਆ ਪ੍ਰੀਵੀਅਸ ਈਅਰ ਪੇਪਰਸ 'ਤੇ, ਜਿਸ ਨੂੰ ਤੁਸੀਂ ਜ਼ਰੂਰ ਜੁਆਇਨ ਕਰਨਾ ਰਾਤ ਨੂੰ 8 ਵਜੇ। ਮੈਂ ਸਾਰੇ ਪ੍ਰੀਵੀਅਸ ਈਅਰ ਪੇਪਰ ਤੁਹਾਡੇ ਕੋਲ ਲੈ ਕੇ ਆਵਾਂਗੀ ਅਤੇ ਉਹਨਾਂ ਦੇ ਇਕੱਲੇ ਇਕੱਲੇ ਕੁਸ਼ਚਨ ਨੂੰ ਡਿਸਕਸ ਕਰਾਂਗੀ, ਹਰੇਕ ਕੁਸ਼ਚਨ ਨੂੰ ਸ਼ਾਰਟ ਤਰੀਕੇ ਨਾਲ ਕਿਵੇਂ ਕਰਨਾ, ਕਿਵੇਂ ਉੱਥੇ ਤੁਸੀਂ ਆਪਣਾ ਟਾਈਮ ਬਚਾਉਣਾ, ਉਹਦੀਆਂ ਟ੍ਰਿਕਸ ਦੱਸਾਂਗੀ। ਅਤੇ ਹਰੇਕ ਕੁਸ਼ਚਨ ਨੂੰ ਆਪਾਂ ਪੂਰਾ ਨਿਚੋੜ ਕੇ ਕੱਢਣਾ, ਵੀ ਜੇ ਇਹਦੇ ਵਿੱਚ ਇਹ ਨਹੀਂ ਤਾਂ ਕੁਛ ਹੋਰ ਪੁੱਛਿਆ ਜਾਂਦਾ, ਤਾਂ ਇਹਨੂੰ ਕਿਵੇਂ ਸੋਲਵ ਕਰਦੀ, ਠੀਕ ਹੈ। ਤਾਂ 8 ਵਜੇ ਅੱਜ ਰਾਤ ਨੂੰ ਤੁਸੀਂ ਜ਼ਰੂਰ ਦੇਖਣਾ, ਇਹਦਾ ਲਾਈਵ ਹੋਣਾ, ਪ੍ਰੀਵੀਅਸ ਈਅਰ ਆਪਾਂ 1 ਬਾਏ 1 ਸੋਲਵ ਕਰਾਂਗੇ। ਨੈਕਸਟ ਆਉਂਦੀ ਤੁਹਾਡੇ ਟਾਈਮ ਦੀ ਗੱਲ। ਦੇਖੋ, ਟਾਈਮ ਦੀ ਗੱਲ ਫਿਰ ਆ ਕੇ ਸ਼ੋਰਟ ਟ੍ਰਿਕ 'ਤੇ ਖੜਦੀ ਹੈ ਕਿ ਤੁਸੀਂ ਕੁਸ਼ਚਨ ਨੂੰ ਕਿਸੇ ਨੂੰ ਕਿੰਨੇ ਟਾਈਮ 'ਚ ਸੋਲਵ ਕਰ ਰਹੇ ਹੋ। ਮੰਨਿਆ ਤੁਹਾਨੂੰ ਸਾਰੇ ਕੰਸੈਪਟ ਆਉਂਦੇ ਆ, ਸਟੂਡੈਂਟਸ ਨੇ ਸਾਰਾ ਸਿਲੇਬਸ ਕੰਪਲੀਟ ਕਰ ਲਿਆ, ਬਟ ਮੇਨ ਚੀਜ਼ ਰਹਿੰਦੀ ਹੈ ਟਾਈਮ ਦੀ। ਕਈ ਬੱਚੇ ਇੰਨੇ ਇੰਟੈਲੀਜੈਂਟ ਹੁੰਦੇ ਨੇ, ਉਹਨਾਂ ਨੂੰ ਪੇਪਰ ਵੀ ਲੱਗਦਾ ਵੀ ਹਾਂਜੀ ਬਹੁਤ ਈਜ਼ੀ ਆਇਆ ਸੀ, ਅਸੀਂ ਕਰ ਲਾਂਗੇ, ਬਟ ਸਾਡਾ ਟਾਈਮ ਘੱਟ ਗਿਆ। ਉਹ ਟਾਈਮ ਘਟਣ ਦਾ ਕਾਰਨ ਇਹ ਹੈ ਕਿ ਤੁਸੀਂ ਪੇਪਰ ਪੜ੍ਹ ਗਏ, ਸਿਲੇਬਸ ਕਰ ਲਏ, ਪਰ ਉਹਦੀ ਐਮ ਸੀ ਕਿਊਜ਼ ਦੀ ਪ੍ਰੈਕਟਿਸ ਨਹੀਂ ਕੀਤੀ। ਜਿੰਨਾ ਟਾਈਮ ਤੁਸੀਂ ਐਮ ਸੀ ਕਿਊਜ਼ ਦੀ ਪ੍ਰੈਕਟਿਸ ਨਹੀਂ ਕਰਦੇ, ਆਪਦਾ ਬੈਠ ਕੇ ਨਹੀਂ ਦੇਖਦੇ ਵੀ ਕਿਸ ਕੁਸ਼ਚਨ 'ਤੇ ਕਿੰਨਾ ਟਾਈਮ ਲੱਗ ਰਿਹਾ, ਕਿ ਅਸੀਂ 30 ਕੁਸ਼ਚਨਸ ਨੂੰ 30 ਨਹੀਂ 28 ਮਿੰਟਸ ਮੰਨ ਕੇ ਚੱਲੋ, ਕਿਉਂਕਿ ਗੋਲੇ ਵੀ ਭਰਨੇ, ਉੰਨੇ ਕੁ ਟਾਈਮ 'ਚ ਕੰਪਲੀਟ ਕਰ ਰਹੇ ਹਾਂ, ਠੀਕ ਹੈ। ਕਿ ਤੁਸੀਂ ਹਰੇਕ ਕਿਸੇ ਕਿਸ ਕੁਸ਼ਚਨ 'ਤੇ ਜ਼ਿਆਦਾ ਟਾਈਮ ਲਗਾ ਰਹੇ ਹੋ, ਜੇ ਉਸ 'ਤੇ ਜ਼ਿਆਦਾ ਲਗਾ ਰਹੇ ਹੋ ਤਾਂ ਕਿਉਂ ਲਗਾ ਰਹੇ ਹੋ? ਜਿੰਨਾ ਟਾਈਮ ਤੁਸੀਂ ਇਹ ਨਹੀਂ ਜਾਣਦੇ, ਉਨਾ ਟਾਈਮ ਤੁਸੀਂ ਪੇਪਰ ਨੂੰ ਕੰਪਲੀਟ ਨਹੀਂ ਕਰ ਪਾਓਗੇ, ਠੀਕ ਹੈ। ਤਾਂ ਟਾਈਮ ਦੀ ਮੈਨੇਜਮੈਂਟ ਬਹੁਤ ਜ਼ਰੂਰੀ ਹੈ, ਟਾਈਮ ਨੂੰ ਮੈਨੇਜ ਕਰਕੇ ਹੀ ਚੱਲਣਾ ਪੇਪਰ ਦੇ ਵਿੱਚ। ਨੈਕਸਟ ਹੈਗਾ ਟ੍ਰਿਕਸ। ਦੇਖੋ, ਕੋਈ ਵੀ ਕੰਪੀਟੀਟਿਵ ਇਗਜ਼ਾਮ ਹੋਵੇ, ਉਸ 'ਚ ਜਿਹੜਾ ਵੀ ਕੁਸ਼ਚਨ ਪਾਇਆ ਹੁੰਦਾ ਉਹ ਹਮੇਸ਼ਾ ਟ੍ਰਿਕੀ ਹੁੰਦਾ, ਇੱਦਾਂ ਦਾ ਕੋਈ ਕੁਸ਼ਚਨ ਜਿਹੜਾ ਲੈਂਥੀ ਵੇ ਨਾਲ ਨਿਕਲੂਗਾ। ਤਾਂ ਉਹਦੀਆਂ ਟ੍ਰਿਕਸ ਜਾਣਨਾ ਵੀ ਉਹਦੇ ਪਿੱਛੇ ਕੀ ਟ੍ਰਿਕ ਹੈ। ਹੁਣ ਦੇਖੋ, ਜੇ ਆਪਾਂ ਸਬਜੈਕਟਿਵ ਪੇਪਰ ਸੋਲਵ ਕਰਨ ਬਹਿ ਗਏ ਤਾਂ ਇੱਕ ਕੁਸ਼ਚਨ ਤੁਹਾਡਾ 2 ਮਿੰਟ ਤੋਂ ਪਹਿਲਾਂ ਹੁੰਦਾ ਹੀ ਨਹੀਂ, ਠੀਕ ਹੈ। ਸਬਜੈਕਟਿਵ ਤਰੀਕੇ ਨਾਲ ਲੈਂਥੀ ਕੁਸ਼ਚਨ ਚੱਲ ਜਾਂਦਾ। ਜੇ ਉਸੇ ਕੁਸ਼ਚਨ ਤੁਸੀਂ ਟ੍ਰਿਕਸ ਨਾਲ ਕਰੋਗੇ ਤਾਂ ਤੁਸੀਂ ਉਹਨੂੰ ਕੁਛ ਹੀ ਸੈਕਿੰਡਸ ਵਿੱਚ ਸੋਲਵ ਕਰ ਪਾਓਗੇ। ਤਾਂ ਟ੍ਰਿਕਸ ਤੁਹਾਡੇ ਲਈ ਬਹੁਤ ਜ਼ਰੂਰੀ ਨੇ। ਨੈਕਸਟ, ਨੋਟਸ। ਤਾਂ ਮੈਨੂੰ ਉਮੀਦ ਹੈ ਕਿ ਸਾਰੇ ਬੱਚਿਆਂ ਨੇ ਨੋਟਸ ਤਾਂ ਬਣਾਏ ਹੋਣਗੇ। ਨੋਟਸ ਇਹ ਨਹੀਂ ਹੁੰਦਾ ਕਿ ਤੁਸੀਂ ਬੁੱਕ ਖੋਲ੍ਹ ਲਈ ਉਹ 'ਚੋਂ ਦੇਖ 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 ਲਿਖੀ ਜਾਂਦੇ ਹੋ। ਨੋ, ਨੋਟਸ ਦਾ ਮੀਨਿੰਗ ਹੈ ਕਿ ਤੁਹਾਨੂੰ ਜਿਹੜਾ ਕੁਛ ਆਉਂਦਾ ਉਹਨੂੰ ਤੁਸੀਂ ਸ਼ਾਰਟ ਤਰੀਕੇ ਨਾਲ, ਕੋਈ ਲਾਈਕ ਫਾਰਮੂਲਾ ਲਿਖਤਾ ਅਲੱਗ ਕੱਢ ਕੇ ਲਿਖਤਾ, ਵੀ ਕਿਸੇ ਐਂਗਲ ਕੱਢਣ ਦਾ ਫਾਰਮੂਲਾ ਅਲੱਗ ਕੱਢ ਕੇ ਲਿਖ ਲਿਆ, ਵੀ ਉਵੇਂ ਸ਼ਾਰਟ ਨੋਟਸ ਤਿਆਰ ਕੀਤੇ ਹੋਣਗੇ, ਠੀਕ ਹੈ, ਇਹ ਉਮੀਦ ਹੈ। ਨੈਕਸਟ ਹੈਗਾ ਮੋਸਟ ਇੰਪੋਰਟੈਂਟ ਚੀਜ਼, ਟੈਸਟ ਸੀਰੀਜ਼। ਦੇਖੋ, ਸਾਰੀਆਂ ਚੀਜ਼ਾਂ ਸਿਲੇਬਸ ਕਵਰ ਹੈ, ਟੈਸਟ ਸੀਰੀਜ਼ ਲਓ, ਸੋਲਵ ਕਰੋ। ਪੈਟਰਨ ਤੁਹਾਨੂੰ ਟੈਸਟ ਸੀਰੀਜ਼ ਤੋਂ ਪਤਾ ਚੱਲ ਜੂਗਾ। ਪ੍ਰੀਵੀਅਸ ਈਅਰ ਪੇਪਰ ਹੈਗੀ ਬੇਸਡ ਟੈਸਟ ਸੀਰੀਜ਼ 'ਤੇ ਨੇ। ਟਾਈਮ ਮੈਨੇਜਮੈਂਟ, ਟੈਸਟ ਸੀਰੀਜ਼ ਲਓ, ਦੇਖੋ ਕਿੰਨਾ ਕੁ ਟਾਈਮ ਲੱਗ ਰਿਹਾ। ਟ੍ਰਿਕਸ, ਟੈਸਟ ਸੀਰੀਜ਼ ਦੇ ਕੁਸ਼ਚਨ ਤੋਂ ਪਤਾ ਚੱਲ ਜੂ ਕਿਹੜੇ ਕੁਸ਼ਚਨ 'ਤੇ ਕਿਹੜੀ ਟ੍ਰਿਕ ਲਾਉਣੀ ਆ। ਪਹਿਲੇ ਪ੍ਰੈਕਟਿਸ ਕਰ ਲਓ ਪੇਪਰ ਤੋਂ ਪਹਿਲਾਂ ਹੀ, ਤਾਂ ਤੁਹਾਨੂੰ ਉੱਥੇ ਜਾ ਕੇ ਮੁਸ਼ਕਲ ਨਹੀਂ ਆਊਗੀ। ਤੁਸੀਂ ਇਹਨੂੰ ਟੈਸਟ ਸੀਰੀਜ਼ ਨੂੰ ਸੋਲਵ ਕਰੋਗੇ ਤਾਂ ਕੀ ਦੇਖੋਗੇ? ਕੁਸ਼ਚਨਸ ਟ੍ਰਿਕੀ ਨੇ, ਤਾਂ ਤੁਹਾਨੂੰ ਟ੍ਰਿਕਸ ਦੀ ਪ੍ਰੈਕਟਿਸ ਹੋਊਗੀ। ਚਲੋ ਜੀ, ਤਾਂ ਇੱਥੇ ਵੀ ਤੁਹਾਡੀ ਪ੍ਰੋਫਿਟ ਹੈ, ਠੀਕ ਹੈ। ਤਾਂ ਤੁਸੀਂ ਇਹਨਾਂ ਟੈਸਟ ਸੀਰੀਜ਼ ਨੂੰ ਧਿਆਨ ਨਾਲ ਦੇਖਣਾ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗੀ ਕਿ ਇਹਨਾਂ ਟੈਸਟ ਸੀਰੀਜ਼ ਨੂੰ ਮੈਂ ਕਿਵੇਂ ਤਿਆਰ ਕੀਤਾ। ਦੇਖੋ, ਤੁਹਾਡੀਆਂ ਟੈਸਟ ਸੀਰੀਜ਼ ਜੋ ਹੋਣਗੀਆਂ ਉਹਨਾਂ ਵਿੱਚ ਮੈਥ ਦੇ ਪੈਡਾਗੋਗੀ ਦੇ ਕੁਸ਼ਚਨ ਵੀ ਹੋਣਗੇ, ਜਿਨ੍ਹਾਂ ਨਾਲ ਤੁਹਾਨੂੰ ਮੈਥ ਦੀ ਪੈਡਾਗੋਗੀ 'ਚ ਹੈਲਪ ਮਿਲੂਗੀ, ਠੀਕ ਹੈ। ਹੁਣ ਤੁਸੀਂ ਕੋਈ ਵੀ ਐਮ ਸੀ ਕਿਊ ਜੋ ਪੈਡਾਗੋਗੀ ਤੋਂ ਸੋਲਵ ਕਰਨ ਚੱਲੇ ਹੋ, ਤਾਂ ਜਿਹੜੀਆਂ ਉਹਦੀਆਂ 4 ਆਪਸ਼ਨਸ ਹੁੰਦੀਆਂ ਨੇ ਨਾ, ਆਨਸਰ ਤਾਂ ਇੱਕ ਆਪਸ਼ਨ ਆਊਗਾ,
ਬਾਕੀ ਤਿੰਨ ਆਪਸ਼ਨਸ ਨੂੰ ਤੁਸੀਂ ਸਰਚ ਕਰਿਆ ਕਰੋ ਵੀ ਇਹ ਤਿੰਨ ਆਨਸਰ ਕਿਹੜੇ ਕੁਐਸਚਨ ਦੇ ਬਣਨੇ ਸੀ। ਮੰਨ ਲਓ ਮੈਂ ਤੁਹਾਨੂੰ ਕਿਸੇ ਪੈਡਾਗੋਗੀ ਦੇ ਟੈਸਟ ਸੀਰੀਜ਼ ਦੇ ਵਿੱਚ ਕਿਸੇ ਇੱਕ ਚੈਪਟਰ ਦੀ ਸੀਰੀਜ਼ ਦੇ ਵਿੱਚ ਪੰਜ ਕੁਐਸਚਨ ਪਾ ਤੇ, ਪੰਜ ਕੁਐਸਚਨ ਦੇ ਵਿੱਚੋਂ ਤੁਸੀਂ ਪੰਜ ਤਾਂ ਕਰ ਲਏ, ਬਾਕੀ ਤਿੰਨ ਦੇ ਜੋ ਤੁਸੀਂ ਸਰਚ ਕਰੋਗੇ ਤਾਂ 15 ਕੁਐਸਚਨ ਤੁਹਾਡੇ ਨਾਲ ਹੋਰ ਪ੍ਰਪੇਅਰ ਹੋ ਜਾਣਗੇ। ਕਲੀਅਰ? ਤਾਂ ਪੈਡਾਗੋਗੀ ਦੇ ਕੁਐਸਚਨ ਨੂੰ ਵੀ ਬੜੇ ਧਿਆਨ ਨਾਲ ਪੜ੍ਹਿਆ ਕਰੋ ਕਿਉਂਕਿ ਇਹ ਨੰਬਰ ਵਧਾਉਣ ਵਿੱਚ ਹੈਲਪ ਕਰਦੇ ਨੇ, ਕਿਉਂਕਿ ਸਿੰਪਲ ਜਿਹੇ ਕੁਐਸਚਨ ਹੁੰਦੇ ਨੇ, ਜਸਟ ਮਾਈਂਡ ਦੀ ਖੇਲ ਹੁੰਦੀ ਹੈ। ਠੀਕ ਹੈ ਜੀ, ਤਾਂ ਆਪਣੀ ਜੋ ਟੈਸਟ ਸੀਰੀਜ਼ ਨੇ ਉਹ 16 ਨਵੰਬਰ ਯਾਨੀ ਕਿ ਕੱਲ੍ਹ ਤੋਂ ਹੀ ਸਟਾਰਟ ਹੋਣ ਵਾਲੀਆਂ ਨੇ, ਜਿਸ ਦੇ ਵਿੱਚ ਮੈਂ ਕੀ ਕੀਤਾ, ਚੈਪਟਰ ਵਾਈਜ਼ ਟੈਸਟ ਮੈਂ ਸਾਰੇ ਚੈਪਟਰਸ ਨੂੰ ਵੰਡਿਆ ਹੋਇਆ, ਤੁਹਾਨੂੰ ਦੱਸਦੀ ਹਾਂ ਨੈਕਸਟ ਸਲਾਈਡ ਦੇ ਵਿੱਚ। ਚੈਪਟਰ ਵਾਈਜ਼ ਟੈਸਟ ਹੋਣਗੇ ਜਿਸ ਵਿੱਚ ਤੁਸੀਂ ਦੋ ਚੈਪਟਰ ਨੂੰ ਤਿਆਰ ਕਰੋ ਅਤੇ ਉਹ ਟੈਸਟ ਦਿਓ, ਦੋ ਚੈਪਟਰ ਨੂੰ ਤਿਆਰ ਕਰੋ, ਇੱਕ ਨੂੰ ਤਿਆਰ ਕਰੋ, ਜੋ ਵੀ ਦਿੱਤੀਆਂ ਹੋਣਗੀਆਂ ਸੀਰੀਜ਼ ਬਣਾਈਆਂ ਹੋਣਗੀਆਂ ਵੀ ਇਸ ਦਿਨ ਤੁਸੀਂ ਇਸ ਚੈਪਟਰ ਦਾ ਟੈਸਟ ਦੇਣਾ, ਇਸ ਦਿਨ ਇਸ ਦਾ, ਇਸ ਦਿਨ ਇਸ ਦਾ। ਠੀਕ ਹੈ, ਤਾਂ ਤੁਸੀਂ ਕੀ ਕਰਨਾ, ਦਿਨ ਦੇ ਵਿੱਚ ਇੱਕ ਘੰਟਾ ਕੱਢਣਾ, ਉਸ ਚੈਪਟਰ ਨੂੰ ਰਿਵਾਈਜ਼ ਕਰਨਾ, ਅਤੇ ਮੈਂ ਤੁਹਾਨੂੰ ਇਸ ਟੈਸਟ ਸੀਰੀਜ਼ ਤੁਹਾਡੇ ਨਾਲ ਸ਼ੇਅਰ ਕਰਦਿਆ ਕਰਾਂਗੀ, ਰੋਜ਼ ਇੱਕ ਟੈਸਟ ਸੀਰੀਜ਼ ਸ਼ੇਅਰ ਕਰਿਆ ਕਰਾਂਗੀ, ਅਤੇ ਉਹਦਾ ਟਾਈਮ ਮੈਂ ਰੱਖਾਂਗੀ ਸ਼ਾਮ 5 ਵਜੇ ਦਾ। ਇਸ ਤੋਂ ਪਹਿਲਾਂ ਤੁਸੀਂ ਆਪਣਾ ਇੱਕ ਘੰਟਾ ਕੱਢ ਕੇ ਉਸ ਚੈਪਟਰ ਨੂੰ ਰਿਵਾਈਜ਼ ਕਰਨਾ, ਅਤੇ ਸ਼ਾਮ ਨੂੰ ਉਹਦਾ ਟੈਸਟ ਦੇਣਾ। ਟੈਸਟ ਦੇ ਵਿੱਚ ਟੈਸਟ ਕੀ ਹੋਊਗਾ, ਸਾਰੇ ਟੈਸਟ ਔਨਲਾਈਨ ਹੋਣਗੇ, ਮਤਲਬ ਤੁਹਾਨੂੰ ਗੂਗਲ ਫੋਰਮ 'ਤੇ ਆਉਣਗੇ, ਤੁਸੀਂ ਆਪਣਾ ਟੈਸਟ ਸੋਲਵ ਕਰੋਗੇ, ਨਾਲ ਨਾਲ ਤੁਹਾਡੇ ਕੋਲ ਰਿਜ਼ਲਟ ਆ ਜਾਏਗਾ। ਕਲੀਅਰ? ਨਾ ਤੁਸੀਂ ਆਪਣਾ ਟਾਈਮ ਔਨ ਕਰਕੇ ਦੇਖ ਸਕਦੇ ਹੋ ਕਿ ਤੁਹਾਨੂੰ ਇੱਕ ਜੋ ਟੈਸਟ ਹੈ ਉਹਨੂੰ ਸੋਲਵ ਕਰਨ 'ਚ ਕਿੰਨਾ ਟਾਈਮ ਲੱਗ ਰਿਹਾ। ਠੀਕ ਹੈ ਜੀ, ਦੈਨ ਫੁੱਲ ਸਿਲੇਬਸ ਟੈਸਟ। ਇਸ ਤੋਂ ਬਾਅਦ ਚੈਪਟਰ ਵਾਈਜ਼ ਤੋਂ ਬਾਅਦ ਮੈਂ ਤੁਹਾਡਾ ਫੁੱਲ ਸਿਲੇਬਸ ਟੈਸਟ ਰੱਖਾਂਗੀ। ਲਾਈਕ ਪਹਿਲਾਂ ਮੈਂ ਦੋ ਚੈਪਟਰ ਦਾ, ਇੱਕ ਚੈਪਟਰ ਦਾ, ਜਿਵੇਂ ਵੀ ਮੈਨੂੰ ਚੈਪਟਰ ਦੀ ਲੱਗ ਰਹੀ ਹੈਗੀ ਉਵੇਂ ਵੰਡੇ ਹੋਏ ਨੇ, ਤਾਂ ਇਸ ਤੋਂ ਬਾਅਦ ਇੱਕ ਫੁੱਲ ਟੈਸਟ ਰੱਖਾਂਗੀ ਜਿਸ ਵਿੱਚ ਤੁਹਾਡੇ ਸਾਰੇ ਚੈਪਟਰ ਕਵਰ ਕਰਕੇ ਫੁੱਲ ਸਿਲੇਬਸ ਟੈਸਟ ਰੱਖ ਦਾਂਗੀ। ਉਹ ਇੱਕ ਨਹੀਂ, ਦੋ ਤਿੰਨ ਕਾਫੀ ਦੇਵਾਂਗੀ ਮੈਂ ਤੁਹਾਨੂੰ। ਦੈਨ ਸਾਰੇ ਜੋ ਸਿਲੇਬਸ ਦੇ ਟੈਸਟ ਹੋਣਗੇ ਜਾਂ ਚੈਪਟਰ ਵਾਈਜ਼ ਟੈਸਟ ਹੋਣਗੇ ਉਹਦੇ ਵਿੱਚ ਮੋਸਟ ਇੰਪੋਰਟੈਂਟ ਐਮ ਸੀ ਕਿਊ ਹੋਣਗੇ। ਇਹੋ ਜਿਹਾ ਕੋਈ ਐਮ ਸੀ ਕਿਊ ਨਹੀਂ ਛੱਡਿਆ ਮੈਂ ਜਿਸ 'ਤੇ ਕੋਈ ਕੰਸੈਪਟ ਨਾ ਲੱਗਦਾ ਹੋਵੇ, ਸਾਰੇ ਕੰਸੈਪਟ ਇਹਨਾਂ ਐਮ ਸੀ ਕਿਊਜ਼ ਦੇ ਵਿੱਚ ਮੈਂ ਕਵਰ ਕਰ ਚੁੱਕੀ ਹਾਂ, ਤਾਂ ਤੁਸੀਂ ਇਹਨਾਂ ਨੂੰ ਧਿਆਨ ਨਾਲ ਕਰਨਾ। ਠੀਕ ਹੈ, ਇਸ ਤੋਂ ਬਾਅਦ ਤੁਹਾਨੂੰ ਦਿੱਤਾ ਇੱਕ ਬੋਨਸ ਜਿਹਦੇ ਵਿੱਚ ਤੁਹਾਨੂੰ ਪੂਰੇ ਸਬਜੈਕਟ ਦਾ ਟੈਸਟ ਦੇਵਾਂਗੀ, ਜਿਸ ਵਿੱਚ ਕੀ ਹੋਏਗਾ ਤੁਹਾਡੀ ਪੈਡਾਗੋਗੀ, ਪੰਜਾਬੀ, ਇੰਗਲਿਸ਼, ਮੈਥ, ਸਾਇੰਸ ਸਭ ਕੁਝ ਹੀ ਕਵਰ ਹੋ ਜਾਏਗਾ। 150 ਨੰਬਰ ਦਾ ਜੋ ਤੁਸੀਂ ਉੱਥੇ ਸੋਲਵ ਕਰਕੇ ਆਉਣਾ ਇੱਕ ਪੇਪਰ, ਤੁਹਾਨੂੰ ਉਹ ਮਿਲੇਗਾ ਜਿਹਦੇ ਵਿੱਚ ਵੀ ਇੰਗਲਿਸ਼, ਪੰਜਾਬੀ, ਪੈਡਾਗੋਗੀ, ਮੈਥ, ਸਾਇੰਸ ਇਹਨਾਂ ਸਾਰਿਆਂ ਦੇ ਮੋਸਟ ਇੰਪੋਰਟੈਂਟ ਕੁਐਸਚਨ ਹੋਣਗੇ। ਸਾਰੇ ਟੈਸਟ ਜੋ ਤੁਸੀਂ ਕਰਨੇ ਨੇ ਉਹ ਔਨਲਾਈਨ ਹੀ ਹੋਣਗੇ, ਤੁਸੀਂ ਗੂਗਲ 'ਤੇ ਕਰਨੇ ਆ, ਜਿਸ ਤੁਸੀਂ ਉਹਨਾਂ ਨੂੰ ਕੁਐਸਚਨ ਸੋਲਵ ਕਰੋ ਅਤੇ ਉਹਦਾ ਆਨਸਰ ਟਿਕ ਉੱਥੇ ਕਲਿੱਕ ਕਰੋ। ਠੀਕ ਹੈ, ਤਾਂ ਇਹਨਾਂ ਦੇ ਤੁਹਾਨੂੰ ਸਾਰਿਆਂ ਦੀ ਆਨਸਰ ਕੀ ਹੀ ਪ੍ਰੋਵਾਈਡ ਕੀਤੀ ਜਾਵੇਗੀ, ਉਹ ਵੀ ਓਨਲੀ ਆਨਸਰ ਕੀ। ਠੀਕ ਹੈ, ਜੇ ਮੈਨੂੰ ਲੱਗਿਆ ਕੋਈ ਕੁਐਸਚਨ ਇੱਦਾਂ ਦਾ ਕਿ ਜ਼ਿਆਦਾ ਇੰਪੋਰਟੈਂਟ ਹੈ ਬੱਚਿਆਂ ਤੋਂ, ਸ਼ਾਇਦ ਨਹੀਂ ਹੋ ਪਾਏਗਾ, ਤਾਂ ਮੈਂ ਉਸ ਕੁਐਸਚਨ ਨੂੰ ਲਾਈਵ ਆ ਕੇ ਆਪਣੇ ਆਪ ਡਿਸਕਸ ਕਰ ਦਾਂਗੀ ਅਤੇ ਉਹਨਾਂ ਨੂੰ ਹੋਰ ਕੰਸੈਪਟ ਲੈ ਕੇ ਆਵਾਂਗੀ, ਉਹਦੇ ਬਾਰੇ ਨਵੇਂ ਨਵੇਂ ਤਰੀਕੇ ਦੱਸਾਂਗੀ ਵੀ ਕੁਐਸਚਨ ਨੂੰ ਕਿਵੇਂ ਸੋਲਵ ਕਰਨਾ। ਇਸ ਦੇ ਲਈ ਤੁਸੀਂ ਮੈਨੂੰ ਇਸ ਨੰਬਰ 'ਤੇ ਰਜਿਸਟਰ ਕਰ ਸਕਦੇ ਹੋ, ਮੇਰਾ ਨੰਬਰ ਹੈ 9877703268, ਤਾਂ ਇਸ ਨੰਬਰ 'ਤੇ ਤੁਸੀਂ ਮੈਨੂੰ ਰਜਿਸਟਰ ਕਰ ਸਕਦੇ ਹੋ, ਆਪਣਾ ਨੰਬਰ ਮੈਨੂੰ ਕੰਟੈਕਟ ਕਰ ਸਕਦੇ ਹੋ, ਵਟਸਐਪ 'ਤੇ ਮੈਸੇਜ ਕਰ ਸਕਦੇ ਹੋ, ਮੈਂ ਤੁਹਾਨੂੰ ਇਸ ਟੈਸਟ ਸੀਰੀਜ਼ ਬਾਰੇ ਸਾਰੀ ਨੌਲੇਜ ਦੇ ਦਾਂਗੀ। ਠੀਕ ਹੈ ਜੀ, ਤਾਂ ਦੇਖੋ ਇਹ ਟੈਸਟ ਸੀਰੀਜ਼ ਬਣਾਈ ਕਿਵੇਂ ਹੈ। ਦੇਖੋ ਸ਼ਡਿਊਲ ਕੀ ਹੈ, ਤੁਹਾਡਾ ਟੋਟਲ 11 ਟੈਸਟ ਲਵਾਂਗੇ, 26 ਤੱਕ ਤੁਹਾਨੂੰ ਫ੍ਰੀ ਕਰ ਦਾਂਗੇ। ਠੀਕ ਹੈ, ਇਸ ਤੋਂ ਬਾਅਦ 4 ਦਿਨ ਤੁਸੀਂ ਚਾਹੇ ਇਹਨਾਂ ਨੂੰ ਰਿਵਾਈਜ਼ ਕਰਿਓ ਕਿਵੇਂ ਮਰਜ਼ੀ ਕਰਿਓ, 26 ਤੱਕ ਤੁਹਾਡੇ ਪੂਰੇ ਕੰਪਲੀਟ ਹੋ ਜਾਣਗੇ। ਦੇਖੋ ਪਹਿਲਾ ਟੈਸਟ ਤੁਹਾਡਾ ਹੋਊਗਾ ਨੰਬਰ ਸਿਸਟਮ ਅਤੇ ਐਲਸੀਐਮ ਐਂਡ ਐਚਸੀਐਫ ਦਾ, ਜੋ 40 ਮਾਰਕਸ ਦਾ। ਇਹਦੇ ਵਿੱਚ ਸਾਰੇ ਨੰਬਰ ਸਿਸਟਮ ਦੇ ਕੁਐਸਚਨ ਹੋਣਗੇ,
ਠੀਕ ਹੈ, ਜੋ ਵੀ ਨੰਬਰ ਸਿਸਟਮ ਦੇ ਜਿੰਨਾ ਵੀ ਸਭ ਕੁਛ ਆਏਗਾ ਉਹ ਸਾਰੇ ਕੁਸ਼ਚਨਸ ਹੋਣਗੇ, HSCF LCM ਦੇ ਕੁਸ਼ਚਨ ਹੋਣਗੇ, 40 ਨੰਬਰ ਦਾ ਤੁਹਾਡਾ ਪੇਪਰ ਰੱਖਿਆ ਹੋਗਾ ਅਤੇ ਵਿੱਚ ਇਹਦੇ ਅਸੀਂ ਪੈਡਾਗੋਗੀ ਦੇ ਕੁਸ਼ਚਨ ਵੀ ਇਨਕਲੂਡ ਕਰਾਂਗੇ। ਠੀਕ ਹੈ ਜੀ, ਨੈਕਸਟ ਆਊਗਾ ਐਕਸਪੋਨੈਂਟ ਸੂਡ ਐਂਡ ਪ੍ਰੋਫਿਟ ਐਂਡ ਲੋਸ ਦਾ। ਠੀਕ ਹੈ, ਇਹਦੇ ਵਿੱਚ ਵੀ ਤੁਹਾਡੇ 40 ਕੁਸ਼ਚਨ ਹੋਣਗੇ ਅਤੇ ਹਰੇਕ ਕੁਸ਼ਚਨਸ ਨੂੰ ਮਾਰਕਸ ਵਾਈਜ਼, ਸੋਰੀ, ਉਹਦੇ ਇੰਪੋਰਟੈਂਸ ਵਾਈਜ਼ ਰੱਖਿਆ ਜਾਊਗਾ। ਤੁਸੀਂ ਦੇਖਣਾ ਕਿ ਕਿਹੜੇ ਕੁਸ਼ਚਨ ਨੂੰ ਕਿਵੇਂ ਸੋਲਵ ਕਰਨਾ ਅਤੇ ਉਹਦੀ ਈਜ਼ੀ ਟ੍ਰਿਕ ਵਗੈਰਾ ਕੀ ਆ, ਸਭ ਕੁਛ ਅੱਛੇ ਤਰੀਕੇ ਨਾਲ ਸੋਲਵ ਕਰਨਾ। ਫਿਰ ਅਲਜਬਰਾ, ਰੇਸ਼ੀਓ ਐਂਡ ਪ੍ਰੋਪੋਰਸ਼ਨ, ਜਿਓਮੈਟਰੀ ਐਂਡ ਸਿਮੈਟਰੀ, ਐਵੇਂ ਸਾਰੇ ਚੈਪਟਰ ਕਰਦੇ ਕਰਦੇ ਆਪਣੇ 7 ਦਿਨਾਂ ਦੇ ਵਿੱਚ ਪੂਰੇ ਸਿਲੇਬਸ ਦੇ ਟੋਪਿਕ ਕੰਪਲੀਟ ਹੋ ਜਾਣਗੇ। ਠੀਕ ਹੈ, ਦੈਨ 22 ਤਰੀਕ ਤੱਕ ਤੁਹਾਡੇ ਸਾਰੇ ਕੰਪਲੀਟ ਹੋ ਜਾਣਗੇ। ਇਸ ਤੋਂ ਬਾਅਦ ਤੁਹਾਨੂੰ 8 ਤਰੀਕ ਨੂੰ ਫਿਰ ਫੁੱਲ ਟੈਸਟ ਮਿਲੂਗਾ। ਫੁੱਲ ਟੈਸਟ ਦੇ ਵਿੱਚ ਸਾਰੇ ਚੈਪਟਰ ਦੇ ਮਿਕਸਿੰਗ ਕੁਸ਼ਚਨ ਇੰਕਲੂਡ ਹੋਣਗੇ ਅਤੇ ਪਲੱਸ ਪੈਡਾਗੋਗੀ ਦੇ ਕੁਸ਼ਚਨ ਵੀ ਹੋਣਗੇ। ਠੀਕ ਹੈ, ਹੋ ਸਕਦਾ ਮੈਂ ਇੱਥੇ ਕੁਸ਼ਚਨ ਦੀ ਮਾਤਰਾ ਵਧਾ ਦੇਵਾਂ, ਇਹਨੂੰ 5 ਕਰਦਾ ਜੇ ਮੈਨੂੰ ਲੱਗਿਆ। ਠੀਕ ਹੈ, ਜੇ ਮੈਨੂੰ ਜ਼ਿਆਦਾ ਇੰਪੋਰਟੈਂਟ ਕੁਸ਼ਚਨ ਮਿਲੇ। ਨੈਕਸਟ ਤੁਹਾਡੇ ਇੱਦਾਂ ਫੁੱਲ ਟੈਸਟ ਚੱਲਦੇ ਜਾਣਗੇ, 3 ਤੁਹਾਡੇ ਫੁੱਲ ਟੈਸਟ ਹੋਣਗੇ ਮੈਥ ਦੇ। ਇਸ ਤੋਂ ਬਾਅਦ ਇੱਕ ਜੋ ਤੁਹਾਨੂੰ ਬੋਨਸ ਦਿੱਤਾ ਗਿਆ ਹੈ, ਫੁੱਲ ਸਿਲੇਬਸ ਦਾ ਟੈਸਟ ਹੋਏਗਾ ਜੋ 150 ਨੰਬਰ ਦਾ ਹੋਏਗਾ। ਹੁਣ ਤੁਸੀਂ ਖੁਦ ਸੋਚੋ ਕਿ ਤੁਹਾਨੂੰ ਇੰਨੇ ਇੰਪੋਰਟੈਂਟ ਕੁਸ਼ਚਨ ਮਿਲ ਰਹੇ ਨੇ, ਹਰੇਕ ਚੈਪਟਰ ਦੇ ਮਿਲ ਰਹੇ ਨੇ। ਠੀਕ ਹੈ, ਇਸ ਤੋਂ ਬਾਅਦ ਫੁੱਲ ਟੈਸਟ ਜੋ ਮੈਥ ਦੇ ਲਏ ਜਾਣਗੇ, ਜਿਹੜੇ ਕੁਸ਼ਚਨ ਨੇ ਇਹਨਾਂ ਨੂੰ ਬਣਾਉਣ ਵਿੱਚ ਮੈਨੂੰ ਬਹੁਤ ਜ਼ਿਆਦਾ ਟਾਈਮ ਲੱਗ ਚੁੱਕਿਆ। ਮੈਂ ਹਰੇਕ ਕੰਸੈਪਟ ਨੂੰ ਪੂਰੀ ਬਰੀਕੀ ਨਾਲ ਪੂਰੇ ਧਿਆਨ 'ਚ ਰੱਖਦੇ ਹੋਏ MCQ ਤਿਆਰ ਕੀਤੇ ਨੇ। ਜੇ ਤੁਸੀਂ ਸਾਡਾ ਇਹਨਾਂ MCQs ਦੇ ਵਿੱਚ ਹਰੇਕ ਕੰਸੈਪਟ ਕਵਰ ਹੋ ਗਿਆ ਤਾਂ ਤੁਸੀਂ ਸੋਚ ਕੇ ਦੇਖੋ ਤੁਹਾਨੂੰ ਪੇਪਰ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਏਗੀ, ਕਿਉਂਕਿ ਤੁਹਾਡੇ ਸਾਰੇ ਕੰਸੈਪਟ ਆਲਰੇਡੀ ਟਿਪਸ 'ਤੇ ਹੋਣਗੇ। ਠੀਕ ਹੈ ਜੀ, ਤਾਂ ਤੁਸੀਂ ਇਸ ਟੈਸਟ ਸੀਰੀਜ਼ ਨੂੰ ਬਹੁਤ ਹੀ ਇੰਪੋਰਟੈਂਟ ਮੰਨਣਾ, ਕਿਉਂਕਿ ਇਹ ਤੁਹਾਡੇ ਪੇਪਰ ਦੇ ਲਈ ਬਹੁਤ ਹੀ ਇੰਪੋਰਟੈਂਟ ਹੈ। ਇਹਦੇ ਵਿੱਚ ਸਾਰੇ ਹੀ MCQs ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ, ਤਾਂ ਤੁਸੀਂ ਇਸ ਟੈਸਟ ਸੀਰੀਜ਼ ਨੂੰ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਨਾ, ਜੋ ਵੀ ਤੁਹਾਡੇ ਰਿਲੇਟਿਵਸ ਜੋ ਵੀ ਪੇਪਰ ਦੇ ਰਹੇ ਨੇ ਉਹਨਾਂ ਤੱਕ ਸ਼ੇਅਰ ਕਰਨਾ, ਤਾਂ ਜੋ ਸਾਰਿਆਂ ਦਾ ਹੀ ਫਾਇਦਾ ਹੋ ਚੁੱਕੇ। ਹੋਰ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਮੈਨੂੰ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਤਾਂ ਮੈਂ ਤੁਹਾਨੂੰ ਦੱਸ ਦਾਂਗੀ ਇਸ ਟੈਸਟ ਸੀਰੀਜ਼ ਨੂੰ ਤੁਸੀਂ ਕਿੱਦਾਂ ਲੈਣਾ, ਕੀ ਇਹਦਾ ਪ੍ਰੋਸੈਸ ਹੈ ਅਤੇ ਕਿੱਦਾਂ ਇਹਨਾਂ ਨੂੰ ਸੋਲਵ ਕਰਨਾ। ਠੀਕ ਹੈ, ਸਾਰੇ ਟੈਸਟ ਤੁਹਾਡੇ ਔਨਲਾਈਨ ਹੀ ਹੋਣਗੇ। ਕਲੀਅਰ, ਜੇ ਮੈਨੂੰ ਲੱਗਿਆ ਕੋਈ ਕੁਸ਼ਚਨ ਤਾਂ ਮੈਂ ਤੁਹਾਨੂੰ ਆਪ ਆ ਕੇ ਲਾਈਵ ਸੈਸ਼ਨ ਦੇ ਵਿੱਚ ਉਹ ਕੁਸ਼ਚਨ ਡਿਸਕਸ ਕਰ ਦਾਂਗੀ ਜੋ ਮੈਨੂੰ ਜ਼ਿਆਦਾ ਇੰਪੋਰਟੈਂਟ ਲੱਗੇ। ਠੀਕ ਹੈ ਜੀ, ਤਾਂ ਹਰੇਕ ਕੁਸ਼ਚਨ ਨੂੰ ਬੜੇ ਹੀ ਧਿਆਨ ਨਾਲ ਸੋਲਵ ਕਰਨਾ, ਕਿਉਂਕਿ ਸਾਰੇ ਕੁਸ਼ਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਮੈਂ ਵਾਰ ਵਾਰ ਕਹਿ ਰਹੀ ਹਾਂ, ਤੁਹਾਡੇ ਲਈ ਇਹ ਟੈਸਟ ਸੀਰੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਬਹੁਤ ਹੀ ਧਿਆਨ ਵਿੱਚ ਰੱਖਦੇ ਹੋਏ, ਪ੍ਰੀਵੀਅਸ ਈਅਰ ਪੇਪਰ ਨੂੰ ਧਿਆਨ ਵਿੱਚ ਰੱਖਦੇ ਹੋਏ। ਉਹਦੇ ਆਪਾਂ ਨੂੰ ਪਤਾ ਹੀ ਹੈ ਕਿ ਹੁਣ ਲੈਵਲ ਅਪ ਹੁੰਦਾ ਜਾ ਰਿਹਾ, ਤਾਂ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਟੈਸਟ ਸੀਰੀਜ਼ ਬਣਾਈ ਆ, ਤਾਂ ਇਹਨਾਂ ਨੂੰ ਪੂਰੇ ਧਿਆਨ ਨਾਲ ਕਰਨਾ ਅਤੇ ਵੱਧ ਤੋਂ ਵੱਧ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਨਾ। ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕਸ। ਐਂਡ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਆਪਣੇ ਫਰੈਂਡ ਸਰਕਲ ਤੱਕ ਸ਼ੇਅਰ ਕਰੋ, ਤਾਂ ਜੋ ਸਾਰਿਆਂ ਦਾ ਹੀ ਭਲਾ ਹੋ ਸਕੇ। ਠੀਕ ਹੈ ਜੀ, ਥੈਂਕ ਯੂ।